ਪਹਿਲਾਂ ਮੇਰਾ ਛੋਟਾ ਮੁੰਡਾ ਵੱਢਣ ਭੇਜਿਆ ਸਾਡੇ ਘਰੇ ਮਾਰ ਕੇ ਗਿਆ ਸੱਟਾ, ਉਹ ਸਾਈਡ ਤੇ ਹੋ ਗਿਆ ਮੇਰੇ ਬੰਦੇ ਦੇ ਮਾਰ ਕੇ ਗਏ, ਇਹ ਪੱਟੀ ਕਰਵਾਉਣ ਆਇਆ ਸੀ ਆਪਣੇ ਪੇ ਦੇ ਉਹਨੂੰ ਇੱਥੇ ਮਾਰ ਗਿਆ ਇਹਨੂੰ। ਉਹ ਲੜਾਈ ਹੋਈ ਪਿੰਡ, ਸਾਡੇ ਪਿੰਡ ਮੇਰਾ ਸਿਰ ਪਾੜ ਦਿੱਤਾ ਕਿ ਮੇਰੇ ਮੁੰਡੇ ਨੂੰ ਵੱਢ ਗਏ। ਕੱਲੇ ਨੂੰ ਮਾਰ ਛੱਡਿਆ, ਸਾਨੂੰ ਜੀਂਦਿਆਂ ਜੋ ਮਾਰ ਦਿੱਤਾ। ਪਹਿਲਾਂ ਪਿਓ ਦਾ ਸਿਰ ਪਾੜਿਆ, ਫਿਰ ਪੁੱਤ ਦਾ ਕਤਲ ਕਰਕੇ ਕੁਝ ਅਨਸਰ ਫਰਾਰ ਹੋ ਗਏ। ਦੱਸਦੇ ਕਿ ਪੁਰਾਣੀ ਰੰਜਿਸ਼ ਦੇ ਚੱਲਦੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਨੌਜਵਾਨ ਦਾ ਬੜੀ ਬੇਰਹਿਮੀ ਦੇ ਨਾਲ ਤੇਜ਼ਤਰ ਹਥਿਆਰਾਂ ਦੇ ਨਾਲ ਕਤਲ ਕੀਤਾ ਗਿਆ। ਦੋ ਧੜਿਆਂ ਦੀ ਪੁਰਾਣੀ ਲੜਾਈ ਸੀ, ਵੈਰੀਆਂ ਨੇ ਅੱਜ ਆਪਣਾ ਵੈਰ ਕੱਢ ਲਿਆ। ਪਿਓ ਦਾ ਪਹਿਲਾਂ ਸਿਰ ਪਾੜਿਆ, ਜਦੋਂ ਪੁੱਤ ਉਸਨੂੰ ਹਸਪੀਟਲ ਦੇ ਵਿੱਚ ਪੱਟੀਆਂ ਕਰਵਾਉਣ ਦੇ ਲਈ ਲੈ ਕੇ ਗਿਆ ਤਾਂ ਅੱਧਾ ਦਰਜਨ ਤੋਂ ਵੱਧ ਬਦਮਾਸ਼ ਆਏ ਜਿਨ੍ਹਾਂ ਨੇ ਜਸਪ੍ਰੀਤ ਨਾਮ ਦੇ ਨੌਜਵਾਨ ਦਾ ਹਸਪੀਟਲ ਦੇ ਵਿੱਚ ਕਤਲ ਕਰ ਦਿੱਤਾ। ਕਪੂਰਥਲਾ ਦੇ ਪਿੰਡ ਤਲਵੰਡੀ ਮਹਿਲਾ ਦਾ ਇਹ ਪੂਰਾ ਮਾਮਲਾ ਹੈ। ਪਿਓ ਰਾਜਕੁਮਾਰ ਦੇ ਸਿਰ ਦੇ ਵਿੱਚ ਸੱਟ ਮਾਰੀ, ਜਦਕਿ ਉਸਦੇ ਮੁੰਡੇ ਜਸਪ੍ਰੀਤ ਦਾ ਕਤਲ ਕੀਤਾ ਗਿਆ। ਸਿਵਲ ਹਸਪਤਾਲ ਕਪੂਰਥਲਾ ਐਮਰਜੈਂਸੀ ਵਾਰਡ ਦੇ ਵਿੱਚ ਪੱਟੀਆਂ ਕਰਵਾਉਣ ਆਇਆ ਸੀ। ਇਸ ਦੌਰਾਨ ਅੱਧੀ ਦਰਜਨ ਤੋਂ ਵੱਧ ਮੁੰਡੇ ਜਸਪ੍ਰੀਤ ਸਿੰਘ ਤੇ ਉਸ ਵੇਲੇ ਹਮਲਾ ਕਰ ਗਏ ਜਦੋਂ ਉਹ ਕਾਰ ਦੇ ਵਿੱਚ ਐਮਰਜੈਂਸੀ ਵਾਰਡ ਦੇ ਬਾਹਰ ਬੈਠਾ ਹੋਇਆ ਸੀ। ਦੱਸਿਆ ਜਾ ਰਿਹਾ ਕਿ ਹਮਲਾਵਰਾਂ ਨੇ ਤੇਜ਼ਤਰ ਹਥਿਆਰਾਂ ਦੇ ਨਾਲ ਉਸਦੇ ਗਰਦਨ ਤੇ ਵਾਰ ਕੀਤੇ, ਜਿਸ ਕਾਰਨ ਜਸਪ੍ਰੀਤ ਸਿੰਘ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਅਰਬਨ ਸਟੇਟ ਦੀ ਪੁਲਿਸ ਮੌਕੇ ਤੇ ਪਹੁੰਚ ਗਈ, ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਲਿਆ। ਪੀੜਤ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ। ਲੜਾਈ ਹੋਈ ਪਿੰਡ, ਸਾਡੇ ਪਿੰਡ ਮੇਰਾ ਸਿਰ ਪਾੜ ਦਿੱਤਾ ਕਿ ਮੇਰੇ ਮੁੰਡੇ ਨੂੰ ਵੱਢ ਗਏ। ਅੱਛਾ ਜੀ, ਪਹਿਲਾਂ ਮੇਰਾ ਛੋਟਾ ਮੁੰਡਾ ਵੱਢਣ ਭੇਜਿਆ ਸਾਡੇ ਘਰੇ ਮਾਰ ਕੇ ਗਿਆ ਸੱਟਾ, ਉਹ ਸਾਈਡ ਤੇ ਹੋ ਗਿਆ ਮੇਰੇ ਬੰਦੇ ਦੇ ਮਾਰ ਕੇ ਗਏ, ਇਹ ਪੱਟੀ ਕਰਵਾਉਣ ਆਇਆ ਸੀ ਆਪਣੇ ਪੇ ਦੇ ਉਹਨੂੰ ਇੱਥੇ ਮਾਰ ਗਿਆ ਇਹਨੂੰ। ਲਾਡੀ ਨੇ ਭੇਜਿਆ, ਕਹਿੰਦਾ ਮੈਂ ਤੁਹਾਡੇ ਮਗਰ ਆ। ਲਾਡੀ ਨੇ ਕਰਵਾਇਆ ਜੋ ਵੀ, ਲਾਡੀ ਕੌਣ ਹੈ ਜੀ? ਕੰਨ ਖਾਖਣੇ ਆ। ਲਾਡੀ ਨੇ ਇੱਕ ਲਵਾਂਡਾ ਭੇਜਿਆ, ਇੱਕ ਬੋਵੀ, ਸਾਰੇ ਕੋਟੀਆਂ ਦੇ ਕੋਟ, ਸਾਰੇ ਕੋਟੀਆਂ ਦੇ ਨਾਲ ਆਏ, ਕੱਲੇ ਨੂੰ ਮਾਰ ਛੱਡਿਆ, ਸਾਨੂੰ ਜੀਂਦਿਆਂ ਜੋ ਮਾਰ ਦਿੱਤਾ। ਸਾਡਾ ਛੱਡਿਆ ਨੀ ਕਾਕਾ, ਸਾਡਾ ਫੁੱਲਾ ਵਰਗਾ ਮੁੰਡਾ ਆਏ ਓਏ। ਹਸਪਤਾਲ ਚ ਜੇ ਚਲੋ ਝਗੜਾ ਕਰਾਉਣੀ, ਨਵਾਂ ਪਿੰਡ ਹੋਇਆ ਸੀ। ਅੱਛਾ ਜੀ। ਉਹ ਉਹਨਾਂ ਨੂੰ ਲੈ ਕੇ ਆਇਆ ਸੀ ਇੱਥੇ, ਅਤੇ ਉਹ ਪਿੱਛੋਂ ਉਹਨਾਂ ਨੇ ਦੁਬਾਰਾ ਹਮਲਾ ਕਰਤਾ ਸਿਵਲ ਹਸਪਤਾਲ 'ਚ। ਇੱਥੇ ਇੱਕ ਬੱਚੇ ਦਾ 20-21 ਸਾਲ ਦਾ ਹੈਗਾ, ਉਹਦੀ ਡੈਥ ਹੋ ਗਈ। ਕੋਈ ਸਰ ਬੰਦੇ ਕੋਈ ਅਰੈਸਟ ਵੀ ਹੋਇਆ ਵਾ ਕਿ ਕਹਿੰਦੇ ਇੱਥੇ ਸਿਵਲ 'ਚ? FIR ਲੋਸ ਕਰਨ ਲੱਗੇ, ਅਰੈਸਟ ਵੀ ਕਰਨ ਲੱਗੇ। ਠੀਕ, ਮਿਹਰਬਾਨੀ।